देखियो आने वाले सालों के ओल्ड एज होम बड़े बड़े पैमाने से खुलन वाले ने, इन्हों बजुर्गों देखने वाला कोई नहीं होगा जी। ਮੈਨੂੰ ਇੰਨਾ ਪੁਰਾਣਾ ਲੋਕੀ ਮੈਨੂੰ ਕਹਿੰਦੇ ਕਿ ਤੂੰ ਕੀ ਕਰੇਗਾ ਤੇਰੇ ਪੁੱਤ ਇਹੋ ਜਿਹਾ, ਮੈਂ ਕਿਹਾ ਜਿੱਦਣ ਮੈਂ ਡਿੱਗ ਪਿਆ ਨਾ ਉੱਥੇ ਲੰਮੇ ਪਿਆ ਰਹੂੰਗਾ, ਬਾਹਰ ਦਾ ਨਾਂ ਲੈ ਕੇ ਸੀ ਚੜ੍ਹਿਆ। ਤੂੰ ਅੱਧੀ ਨਹੀਂ ਤੇ ਭੋਗ ਨਹੀਂ ਕਰਦਾ ਮਰ ਜਾ, ਮੈਂ ਕਿਉਂ ਮਰਾਂ ਮੇਰਾ ਰੱਬ ਰਾਖਾ। ਤਾਂ 1975 ਦੇ ਵਿੱਚ ਮੁੰਡਾ ਪੈਦਾ ਹੋਇਆ ਔਰ ਨਹੀਂ ਸੋਚਿਆ ਸੀਗਾ ਕਿ 2023 ਆਉਂਦੇ ਆਉਂਦੇ ਇਹ ਸਿਲਾ ਮਿਲੇਗਾ। ਮਾਤਾ ਮੋਹ ਰਹਿ ਗਿਆ ਹੁਣ ਬੱਚੇ ਦਾ, ਸਾਡਾ ਇਲਾਜ ਨਾ ਕਰਾਉਣ ਕੋਈ ਜਾਏ, ਸਾਡਾ ਦਹੇਜ ਆਣ ਕੇ ਪਤਾ ਲੈ ਜਾਣ ਸਾਨੂੰ। ਪਿਓ ਦੀ ਆਪਣੇ ਬਹੁਤ ਕਮਾਊ ਪੁੱਤ ਨਾਲ ਇਹ ਇਹ ਅਸੀਂ ਸੁੱਕੀ ਰੋਟੀ ਬੇਨਤੀ ਹੈ, ਕਿੱਥੇ ਹੁਕਮ ਦੇਣਾ ਸੀਗਾ, ਬੇਨਤੀ ਕਰ ਰਹੇ ਹੋ ਕਰਿਓ। ਮੁੰਡਾ ਐਸ ਜੀ ਓ ਹੈ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਆਇਆ, ਛਿਆਟੇ ਦੇ ਵਿੱਚ ਮੁੰਡਾ ਐਸ ਜੀ ਓ ਹੈ, 43 ਸਾਲ ਦਾ ਹੈ ਨਾ, ਔਰ ਨਾ ਆਪਣੇ ਪਿਤਾ ਜੀ ਨੂੰ ਪੁੱਛਦਾ ਨਾ ਆਪਣੀ ਮਾਤਾ ਜੀ ਨੂੰ ਪੁੱਛਦਾ, ਬਹੁਤ ਬੁਰੇ ਹਾਲਾਤਾਂ ਦੇ ਵਿੱਚ ਪਏ ਹੈ, ਪੂਰਾ ਪੇਸ ਮੇਕਰ ਕੁੱਟ ਕੇ ਬਾਹਰ ਕੱਢਿਆ ਹੋਇਆ ਹੈ। ਜੋ ਉਹਨਾਂ ਦੀ ਵਾਈਫ ਹੈ 48 ਸਾਲ ਦਾ, ਉਹ ਵੀ ਫਿਰ ਉਹ ਵੀ ਗਲਾ ਘੁੱਟ ਦਿੰਦੀ ਜਿਵੇਂ ਦੱਸ ਰਹੇ ਸੀਗੇ। ਇਹਨਾਂ ਨੇ ਤੇ ਮੈਂ ਤੇ ਆਪ ਬਿਮਾਰ ਪਿਆ ਸਾਂ, ਇਹਨੂੰ ਕਿਤੇ ਹਸਪਤਾਲ ਨਹੀਂ ਕਿਹਾ, ਰਾਹ 'ਚ ਇਹਨੂੰ ਮਾਰਿਆ ਮੈਂ ਨਹੀਂ ਵੇਖਿਆ ਕਿਉਂਕਿ ਮੇਰੇ ਸਾਹਮਣੇ ਨਹੀਂ। ਤੁਹਾਨੂੰ ਪੁੱਛਣ ਆਉਂਦਾ ਨਾ, ਮੈਨੂੰ ਵੀ ਨਹੀਂ ਕੋਈ ਨਹੀਂ ਪੁੱਛਣ। ਮੈਂ ਉਹਨਾਂ ਦੇ ਫੋਨ 'ਚ ਕੋਠੀ ਦੇਖ ਰਿਹਾ ਸੀ, ਕੋਠੀ ਤਾਂ ਬਹੁਤ ਆਲੀਸ਼ਾਨ ਪਾਈ ਹੋਈ ਹੈ। ਹਾਂ ਮੈਂ ਤੇ ਗੁਰਦੁਆਰੇ ਚੱਲ ਜਾਂਦਾ, ਗੁਰਦੁਆਰੇ ਰਹਿੰਦਾ ਮੈਂ। ਬਾਪੂ ਜੀ ਮੈਨੂੰ ਗੱਲ ਦੱਸੋਗੇ, ਸਨ 75 'ਚ ਜਨਮ ਹੋਇਆ ਉਹ ਤਾਂ? ਹਾਂ 75 'ਚ ਹੋਇਆ। ਕਿੰਨੀ ਖੁਸ਼ੀਆਂ ਮਨਾਈਆਂ ਸੀ ਉਸ 'ਚ? ਖੁਸ਼ੀਆਂ ਤਾਂ ਬਹੁਤ ਖੁਸ਼ੀਆਂ ਤੇ ਲੱਡੂ ਵੰਡੇ ਸੀ। ਹਾਂ ਲੱਡੂ ਵੰਡੇ, ਕਈ ਕੁਛ ਕਰਾਇਆ ਦਾ, ਮਾਝੇ ਲਾਏ ਉੱਪਰ ਜਦੋਂ ਪੈਦਾ ਹੋਇਆ ਸੀ। ਹਾਂ ਮੈਨੂੰ ਪਤਾ, ਜਦ ਬੱਚਾ ਮਹੀਨਾ ਦੋ ਮਹੀਨਾ ਰਾਤ ਨੂੰ ਸੌਂਦਾ ਨਹੀਂ, ਉੱਠ ਉੱਠ ਕੇ ਕਦੇ ਸੁਸੂ ਸਾਫ਼ ਕਰੋ, ਦੁੱਧ ਪਿਲਾਓ, ਹੈ ਨਾ, ਦੋ ਮਹੀਨੇ ਜਾਗਣਾ ਹੀ ਪੈਂਦਾ ਬੱਚੇ ਨਾਲ, ਉਹ ਵੀ ਜਾਗੇ ਹੋਣੇ ਸਾਰੇ ਤੁਸੀਂ। ਹਾਂ ਤੇ ਹੋਰ ਰਾਤ ਦਿਨ ਜਾਗੇ, ਉੱਥੇ ਬਿਮਾਰ ਵੀ ਹੋਇਆ। ਸੋਚਿਆ ਸੀ ਕਦੇ ਜ਼ਿੰਦਗੀ 'ਚ ਇਹ ਸਿਲਾ ਮਿਲੇਗਾ? ਪਾਣੀ ਮੁੱਕ ਗਿਆ ਸੀ, ਹਸਪਤਾਲ ਲੈ ਕੇ ਗਏ, ਉੱਥੇ ਕਿੰਨੇ ਮਹੀਨੇ ਉੱਥੇ ਭੱਜੇ ਫਿਰਦੇ ਰਹੇ ਸਿਵਲ ਹਸਪਤਾਲ 'ਚ, ਪਾਣੀ ਮੁੱਕ ਗਿਆ ਸੀ। ਸੰਨ 75 'ਚ ਸੋਚਿਆ ਸੀਗਾ ਕਿ 2023 'ਚ ਤੁਹਾਡੇ ਨਾਲ ਇਹ ਹਾਲਾਤ ਹੋਣ? ਨਾ ਜੀ, ਹੁਣ ਮੇਰੇ ਰੀੜ੍ਹ ਦੀ ਹੱਡੀ ਜਿਹੜੇ ਸਾਰੀ ਨਾ। ਪੜ੍ਹਾਈ 'ਤੇ ਵੀ ਖਾਸਾ ਪੈਸਾ ਲਾਇਆ ਹੋਣਾ? ਪੜ੍ਹਾਈ 'ਤੇ ਤਾਂ ਹੁਣ ਲਾਇਆ ਹੀ ਲਾਇਆ, ਰਾਤ ਦਿਨ ਵਿਚਾਰੀਆਂ ਪੜ੍ਹੀਆਂ ਹੀ ਨਹੀਂ, ਇਸੇ ਕਰਕੇ ਕੁੜੀ ਨੂੰ। ਮੁੰਡੇ 'ਤੇ ਪੈਸਾ ਲਾਉਂਦੇ ਰਹੇ? ਹਾਂ ਕੁੜੀਆਂ ਨੇ ਵੀ ਮਿਹਨਤ ਕੀਤੀ ਆ, ਉਹਦਾ ਪੜ੍ਹਾਇਆ ਲਿਖਾਇਆ। ਮੈਂ ਹੁਣ ਜੈਪੁਰ ਨੌਕਰੀ ਕਰਦਾ ਰਿਹਾ, ਪ੍ਰਤਾਪ ਮਿਲ ਗਿਆ, ਉੱਥੋਂ ਪੈਸਾ ਭੇਜਦਾ ਰਿਹਾ ਅਤੇ ਇਹਨਾਂ ਵੀ ਰਲ ਮਿਲ ਕੇ। ਮਾਂ ਬਾਪ ਆਪ ਇੰਨੇ ਸਮਰੱਥ ਨਹੀਂ ਸੀਗੇ, ਔਰ ਮੈਂ ਤਾਂ ਮਿਸਤਰੀ ਸਾਂ, ਪੜ੍ਹੇ ਲਿਖੇ ਆਪ ਇੰਨੇ ਨਹੀਂ ਹੈਗੇ, ਬਟ ਫਿਰ ਵੀ ਔਲਾਦ ਨੂੰ ਪੂਰਾ ਲਾਇਕ ਬਣਾਇਆ, ਪੂਰਾ ਪੜ੍ਹਾਇਆ ਨਾ। ਸਾਨੂੰ 1975 ਦੇ ਵਿੱਚ ਮੁੰਡਾ ਪੈਦਾ ਹੋਇਆ ਔਰ ਨਹੀਂ ਸੋਚਿਆ ਸੀਗਾ ਕਿ 2023 ਆਉਂਦੇ ਆਉਂਦੇ ਇਹ ਸਿਲਾ ਮਿਲੇਗਾ। ਪੈਸੇ ਨਹੀਂ ਮੰਗਦਾ ਨਾ ਬਜ਼ੁਰਗ, ਬਜ਼ੁਰਗ ਸਿਰਫ ਪਿਆਰ ਔਰ ਇੱਜ਼ਤ ਹੀ ਮੰਗਦਾ। ਉਹ ਕਹਿੰਦੇ ਕਿ ਆ ਕੇ ਸਾਡਾ ਇਲਾਜ ਨਾ ਕਰਾਉਣ, ਕੋਈ ਤਾਂ ਸਾਡਾ ਦਹੇਜ ਆਣ ਕੇ ਪਤਾ ਲੈ ਜਾਣ ਸਾਨੂੰ। ਇੱਕ ਪਿਓ ਦੀ ਆਪਣੇ ਬਹੁਤ ਕਮਾਊ ਪੁੱਤ ਨਾਲ ਇਹ ਇਹ ਅਸੀਂ ਸੁੱਕੀ ਰੋਟੀ ਬੇਨਤੀ ਹੈ, ਕਿੱਥੇ ਹੁਕਮ ਦੇਣਾ ਸੀਗਾ, ਬੇਨਤੀ ਕਰ ਰਹੇ ਹੋ ਆ ਕੇ ਹੌਸਲੇ ਦੇ ਜਾਣ। ਹੌਸਲਾ ਬਹੁਤ ਵੱਡੀ ਚੀਜ਼ ਹੈ ਜੀ, ਸਾਨੂੰ ਨਾ ਪੈਸਾ ਚਾਹੀਦਾ ਨਾ ਕੁਛ, ਸ਼ਾਂਤਲਾ ਦੇ ਜਾਣ, ਰੋਟੀ ਅਸੀਂ ਗੁਰਦੁਆਰੇ ਖਾ ਲਾਂਗੇ, ਉਹ ਗੱਲ ਉੱਥੇ ਵਾਧੂ ਰੋਟੀਆਂ ਜੀ ਗੁਰੂ ਹਰਗੋਬਿੰਦ ਸਾਹਿਬ ਦੇ, ਅੱਗੇ ਵੀ 5 ਸਾਲ ਉੱਥੋਂ ਹੀ ਖਾਧੀ ਮੈਂ। ਜੋ ਐਥੀਸਟ ਹੁੰਦੇ ਆ ਨਾ, ਜੋ ਨਾਸਤਿਕ ਹੁੰਦੇ ਆ, ਉਹ ਬੜੇ ਮੈਨੂੰ ਚੰਗੇ ਲੱਗਦੇ, ਘੱਟੋ ਘੱਟ ਇਮਾਨਦਾਰ ਤਾਂ ਹੈਗੇ ਆ। ਸਾਡੇ ਵਰਗੇ ਝੂਠੇ ਬੰਦੇ ਜਿਹੜੇ ਧਰਮ ਦੇ ਢਕੋਸਲੇ ਕਰਦੇ ਆ, ਹੁਣ ਕਰਦੇ ਆ ਧਰਮ ਦੇ ਕੰਮ। ਮੈਨੂੰ ਇੰਨਾ ਫਲਾਣਾ ਲੋਕੀ ਮੈਨੂੰ ਕਹਿੰਦੇ ਕਿ ਤੂੰ ਕੀ ਕਰੇਗਾ ਤੇਰੇ ਇਹ ਪੁੱਤ ਇਹੋ ਜਿਹਾ, ਮੈਂ ਕਿਹਾ ਜਿੱਦਣ ਮੈਂ ਡਿੱਗ ਪਿਆ ਨਾ ਉੱਥੇ ਲੰਮੇ ਪਿਆ ਰਹੂੰਗਾ, ਬਾਹਰ ਉਹਦਾ ਨਾਂ ਲੈ ਕੇ ਗੱਡੀ ਚੜ੍ਹ ਜਾਣਾ ਅਸੀਂ। ਹੋਰ ਇਹੋ ਹੀ ਲਾਸਟ 'ਚ ਇਹੋ ਜਿਹਾ ਦਿਲ 'ਤੇ ਰੱਖਣਾ ਪਊਗਾ ਸਾਨੂੰ, ਤਾਂ ਹੀ ਹੌਸਲਾ ਨਹੀਂ ਤਾਂ ਫਿਰ ਅਸੀਂ ਬਿਮਾਰ ਹੋ ਜਾਊਂਗਾ। ਮੈਂ ਇਹੋ ਕਹਿੰਦਾ ਕਿ ਬਸ ਮਰਾਂ, ਜਿੱਦਣ ਲੰਮੇ ਪੈ ਗਿਆ ਉਹ 3 ਦਿਨ 'ਚ ਭੁੱਖਾ ਭੱਖਾ ਫਿਰ ਮਰ ਜਾਣਾ। ਆਪਣੇ ਬੱਚੇ ਤੋਂ ਕੋਈ ਆਸ ਨਹੀਂ? ਹਾਂ ਕੋਈ ਆਸ ਨਹੀਂ, ਮੈਨੂੰ ਕਿਸੇ ਨੇ ਪਾਣੀ ਵੀ ਨਹੀਂ ਦੇਣਾ। ਇਹ 6ਵੇਂ ਪਾਤਸ਼ਾਹੀ ਦੀ ਨਗਰੀ ਹੈ, ਕਰਨਗੀ ਹੈ 6ਵੇਂ ਪਾਤਸ਼ਾਹੀ ਦੇ ਇੱਥੇ ਜਨਮ ਹੋਇਆ। ਹਾਂਜੀ,
ਇਹਨਾਂ ਹਾਲਾਤਿਆਂ ਦੇ ਵਿੱਚ ਵੀ ਤੁਹਾਨੂੰ ਸੰਭਾਲਿਆ ਇਹੋ ਚੀਜ਼ ਮੈਨੂੰ ਬਚਾਉਣ ਲਈ ਆ ਕਿ ਦਿਲ 'ਚ ਇਹੋ ਆ ਕਿ ਲੰਮੇ ਪੈ ਜਾਂਗੇ ਯਾਰ ਤਾਂ ਬਸ ਖਤਮ ਜਿੱਥੇ ਡਿੱਗ ਪਿਆ ਲੋਕੀ ਚੁੱਕੇ ਇੱਥੇ ਛੱਡ ਜਾਣਗੇ ਮੈਨੂੰ ਘਰ